ਵੱਡੀ ਖਬਰ ਆ ਰਹੀ ਹੈ ਕਿ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਬੇਸਿੱਟਾ ਰਹੀ ਹੈ ਤੇ ਕਿਸਾਨ ਆਗੂਆਂ ਨੇ ਕਿਹਾ ਹੈ ਮੋਦੀ ਸਰਕਾਰ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਉਹ ਮੀਟਿੰਗ ਛੱਡ ਕੇ ਬਾਹਰ ਆ ਗਏ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਚਾਹ ਪੀਣ ਲਈ ਵੀ ਰੁਕਣ ਲਈ ਕਿਹਾ ਗਿਆ ਸੀ ਪਰ ਉਹ ਤੁਰੰਤ ਬਾਹਰ ਆ ਗਏ ਸਰਕਾਰ ਇਹ ਚਾਹੁੰਦੀ ਨਹੀਂ ਹੈ ਕਿ ਅਜੇ ਮਸਲੇ ਦਾ ਹੱਲ ਨਿਕਲੇ ਕਿਸਾਨ ਛੇਤੀ ਹੀ ਹੁਣ ਅਗਲੀ ਰਣਨੀਤੀ ਦਾ ਵੀ ਐਲਾਨ ਕਰਨ ਦੀ ਤਿਆਰੀ ਕਰ ਰਹੇ ਹਨ ਕਿਸਾਨ ਆਗੂਆਂ ਨੇ ਕਹਿਣਾ ਕਿ ਸਰਕਾਰ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਉਹ ਕਿਸਾਨਾਂ ਨੂੰ ਇਹ ਦੱਸੇ ਕਿ ਉਹ ਭੁਲੇਖੇ ਵਿੱਚ ਹਨ ਜਾਂ ਉਹਨਾਂ ਨੂੰ ਭੁਲੇਖਾ ਲੱਗ ਰਿਹਾ ਹੈ ਸਰਕਾਰ ਉਹਨਾਂ ਦੇ ਭਲੇ ਲਈ ਹੀ ਇਹ ਬਿੱਲ ਲੈ ਕੇ ਆਈ ਹੈ ਤਾਂ ਦੱਸ ਦਈਏ ਕਿ ਸਰਕਾਰ ਨੇ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹਨਾਂ ਵੱਲੋਂ ਉਠਾਏ ਮੁੱਦਿਆਂ ਤੇ ਇੱਕ ਕਮੇਟੀ ਬਣਾਈ ਜਾਵੇ ਸਰਕਾਰ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਸੰਗਠਨ ਦੇ 4-5 ਲੋਕਾਂ ਦੇ ਨਾਮ ਇਸ ਮੁੱਦੇ ਉੱਤੇ ਚਰਚਾ ਲਈ ਦੇਣ ਤਾਂ ਕਿ ਇੱਕ ਕਮੇਟੀ ਦਾ ਗਠਨ ਕੀਤਾ ਜਾ ਸਕੇ ਜਿਸ ਵਿੱਚ ਸਰਕਾਰ ਦੇ ਪ੍ਰਤੀਨਿਧ ਤੇ ਖੇਤੀ ਮਾਹਰ ਵੀ ਸ਼ਾਮਲ ਹੋਣਗੇ ਪਰ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਮੋਦੀ ਸਰਕਾਰ ਉਹਨਾਂ ਨੂੰ ਬਿਨਾਂ ਵਜ੍ਹਾ ਟਾਲਣ ਦੇ ਚੱਕਰ ਵਿੱਚ ਪਈ ਹੋਈ ਹੈ ਕਿਸਾਨ ਆਗੂਆਂ ਨੇ ਇਸ ਮੌਕੇ ਇਹ ਵੀ ਖਰਚਾ ਜ਼ਾਹਰ ਕੀਤਾ ਹੈ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੇ ਖਿਲਾਫ ਕੋਈ ਸ਼ਰਾਰਤ ਵੀ ਰਚ ਸਕਦੀ ਹੈ ਜਦੋਂ ਮੈਂ ਆਪਦਾ ਨਾਮ ਬਤਾਉਣਾ ਮੇਰਾ ਨਾਮ ਚੰਡਾ ਸਿੰਘ ਹੈ ਹਾਂਜੀ ਭਾਰਤੀ ਕਿਸਾਨ ਯੂਨੀ ਏਕਤਾ ਗਰਾਹਾਂ ਦਾ ਮੈਂ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਦੋ ਤਿੰਨ ਘੰਟੇ ਬਾਅਦ ਚੱਲੀ ਹੈ ਸਰਕਾਰ ਇਸੇ ਗੱਲ ਤੇ ਰਹੀ ਹੈ ਕਿ ਛੋਟੀ ਕਮੇਟੀ ਬਣਾਓ ਆਪਾਂ ਚਰਚਾ ਕਰਦੇ ਰਹਾਂਗੇ ਅੰਦੋਲਨ ਵਾਪਸ ਲਓ ਇਹ ਗੱਲ ਰੱਦ ਹੋਈ ਹੈ ਕਿ ਅੰਦੋਲਨ ਲਗਾਤਾਰ ਜਾਰੀ ਰਹੂਗਾ ਅਸੀਂ ਆਪਦੀ ਜਥੇਬੰਦੀ ਦੀ ਤਰਫੋਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਕੀ ਦੇਣਾ ਕਿ ਇਹ ਚਰਚਾ ਕਰ ਕਰਕੇ ਲੰਮਾ ਸਮਾਂ ਕਰਕੇ ਜੋ ਲੋਕ ਫਸੇ ਬੈਠੇ ਹੈ ਦਿੱਲੀ ਕੇ ਲੋਕਾਂ ਨੂੰ ਕਿੱਡੀ ਕਿੱਡੀ ਸਮੱਸਿਆ ਹੋਈ ਖੜੀ ਹੈ ਕਿੰਨੇ ਕਿੰਨੇ ਲੋਕ ਫਸੇ ਖੜੇ ਹੈ ਇਸ ਕਰੋ ਮੈਂ ਉਹਨਾਂ ਨੂੰ ਹੋਰ ਤਕਲੀਫ ਦੇਣੀ ਹੈ ਸਰਕਾਰ ਨੇ ਕਿਹਾ ਕਿ ਆਪਾਂ ਜਾਰੀ ਰੱਖਾਂਗੇ ਪਰਸੋਂ ਫੇਰ ਬੈਠਾਂਗੇ ਹਾਂ ਬੈਠੋਗੇ ਪਰਸੋਂ ਫੇਰ ਨਿਬੇੜਨਾ ਨੀ ਕਰਾਂਗੇ ਚਰਚਾ ਹੀ ਨਿਬੇੜਨੇ ਕੀ ਬਾਤ ਨਹੀਂ ਜੇ ਨਿਬੇੜਨਾ ਹੋਤਾ ਤੋ ਜੋ ਬੜਾ 13 ਤਰੀਕ ਕੋ ਵਾਰਤਾ ਹੋਈ ਚਰਚਾ ਤੋਂ ਉਸਮੇ ਕੋ ਚਰਚਾ ਉਸਮੇ ਬਹੁਤ ਹੋ ਗਈ ਸੀ ਸਰਕਾਰ ਜੇ ਨਿਬੇੜਨਾ ਚਾਹਤੀ ਤਾਂ ਸਰਕਾਰ ਨੂੰ ਪ੍ਰਪੋਜ਼ਲ ਦੇਣੀ ਚਾਹੀਦੀ ਸਾਰੇ ਜਥੇਬੰਦੀ ਕਿ ਇਸ ਮਸਲੇ ਦਾ ਕੀ ਹੱਲ ਕਰਦੇ ਕਮੇਟੀ ਕੋਈ ਕਮੇਟੀ ਨਹੀਂ ਬਣੇਗੀ ਕੋਈ ਕਮੇਟੀ ਬਣਾਉਣ ਦੇ ਲਈ ਸਹਿਮਤੀ ਨਹੀਂ ਹੈ ਅੰਦੋਲਨ ਜਾਰੀ ਰਹੇਗਾ ਇਹ ਅੰਦੋਲਨ ਕਿਆ ਨਿਰਣੇ ਲਿਆ ਗਿਆ ਮੇਰਾ ਨਾਮ ਸੰਪ੍ਰੀਤ ਨੇ ਲਿਆ ਕਿ ਕਮੇਟੀ ਬਣਾਓ ਕਮੇਟੀ ਬਾਤ ਕਰ ਲਈ ਹਮਾਰੇ ਉਸਮੇ ਕੋ ਬੀਚ ਵਿਚਾਰੇ ਕਾ ਹੱਲ ਨਿਕਾਲਨੇ ਕੇ ਲਈ ਸਰਕਾਰ ਕਹਿੰਦੀ ਹੈ ਔਰ ਇਹ ਹਮਾਰਾ ਜਥੇਬੰਦੀਓ ਕਾ ਸਾਰੀ ਕਾ ਜਵਾਬ ਹੈ ਜਬ ਤੱਕ ਸਰਕਾਰ ਮਨ ਨਹੀਂ ਬਣਾਵੀ ਸਰਕਾਰ ਕਾ ਮਨ ਨਹੀਂ ਬਣਾ ਜੈਸੇ ਜੇ ਤੋਮਰ ਕਾ ਹਮਨੇ ਦੇਖਾ ਉਧਰ ਬੈਠਨੇ ਕਾ ਤਰੀਕਾਕਾਰ ਥਾ ਜਬ ਬਾਤ ਸੁਣਨੇ ਕੇ ਬਾਅਦ ਕੋਈ ਐਸਾ ਲਗਾ ਜੈਸੇ ਬੇਬਸ ਹੋਤਾ ਹੈ ਉਸਕੇ ਪਾਸ ਕੋਈ ਜਵਾਬ ਨਹੀਂ ਥਾ ਹਮਾਰੀ ਬਾਤ ਕਾ ਕਿਉਂਕਿ ਕਨਵੈਂਸ ਹੋ ਜਾਤਾ ਥਾ ਵੋ ਇਸ ਲਈ ਹਮੇ ਇਹ ਲਗਾ ਜਬ ਤੱਕ ਪੀਐਮ ਸੇ ਹਰੀ ਝੰਡੀ ਨਹੀਂ ਮਿਲਦੀ ਦੇਰ ਤੋਂ ਬਸ ਨਹੀਂ ਹੋਗੇ ਉਸਕੇ ਲਈ ਜੋ ਸਰ ਜੋ ਪ੍ਰੋਟੈਸਟ ਹੈ ਪ੍ਰੋਟੈਸਟ ਜਾਰੀ ਰਹੇਗਾ ਜਾਰੀ ਰਹੇਗਾ ਜੀ ਪ੍ਰੋਟੈਸਟ ਸਭ ਤੋਂ ਬੜੀ ਬਾਤ ਕਿ ਇੱਕ ਕਮੇਟੀ ਗਠਿਤ ਕਰਨ ਦੀ ਬਾਤ ਕਹੀ ਸੀ ਆਪ ਲੋਗੋਂ ਨੇ ਠੁਕਰਾ ਦਿੱਤੀ ਨਹੀਂ ਉਹ ਕਮੇਟੀ ਕਮੇਟੀ ਨਹੀਂ ਬਣੇਗਾ ਜੋ ਹਾਜ਼ਰੀ ਮੇਰੇ ਕੋਲ ਫੈਸਲਾ ਹੋਗਾ ਔਰ ਬਾਤ ਕਰਨ ਕੇ ਲਈ ਬੰਦੇ ਕੰਮ ਜ਼ਿਆਦਾ ਬਿਠਾਉਣੇ ਕੋਈ ਗੱਲ ਨਹੀਂ ਸਭ ਦੁਬਾਰਾ ਬੈਠਕ ਬੁਲਾਈ ਗਈ ਤੀਨ ਤਾਰੀਖ ਕੋ ਸਰ ਐਸੇ ਮੈਂ ਜੋ ਬੈਠਕ ਹੋ ਗਿਆ ਦੋ ਆਪਣੇ ਵੀ ਸਪਸ਼ਟ ਕਰਦੇ ਕਿ ਇਸ ਪਰ ਬੈਠਕ ਨਹੀਂ ਚਲੇਗੀ ਸਿੰਪਲ ਨਿਰਣਾ ਚਲੇਗਾ ਮੁੱਖ ਤੌਰ ਤੇ ਇੱਕ ਮੰਗ ਕਿਆ ਹੈ ਜੋ ਸਭ ਐਸਾ ਐਸਾ ਹੀ ਹੋਤਾ ਹੈ ਕਿ ਕਾਮ ਲੜਾਈ ਬੜੀ ਹੈ ਬੜੀ ਲੜਾਈ ਕੇ ਲੰਮਾ ਲੜਨੇ ਕਾ ਮਾਨਸਿਕ ਤੌਰ ਤੇ ਉਹ ਤਿਆਰੀ ਕੇ ਸਾਥ ਹੀ ਹਮ ਆਏ ਹਮੇ ਮਾਲੂਮ ਹੈ ਇਹ ਦੋ ਸੀਟਿੰਗ ਤੋਂ ਇੱਕ ਦੂਸਰੇ ਕੀ ਤਾਕਤ ਕੋ ਦੇਖਣੇ ਕੀ ਜੋ ਹੋਤੀ ਹੈ ਇਹ ਐਸਾ ਸਰਕਾਰ ਅਕਸਰ ਕਰਤੀ ਹੈ ਪਹਿਲੇ ਉਹ ਦੇਖਤੀ ਹੈ ਵੀ ਇਸਮੇ ਕੌਣ ਕਮ ਸੇ ਕਮ ਸਮਝੌਤਾ ਕਹਾਂ ਪਰ ਹੋਤਾ ਹੈ ਹਮਾਰੀ ਇਹ ਚੁਣੌਤੀ ਹੈ ਕਿ ਜ਼ਿਆਦਾ ਸੇ ਜ਼ਿਆਦਾ ਹਮ ਕਿਆ ਲੈ ਲੇ ਇਤਨੀ ਦੇਰ ਮੇਂ ਦੋਨੋਂ ਕੰਪੀਟੀਸ਼ਨ ਤੇ ਰੋਮੇ ਕੰਪੀਟੀਸ਼ਨ ਹੋਤਾ ਹੈ ਉਹ ਕੰਪੀਟੀਸ਼ਨ ਕਾ ਮੁਕਾਬਲਾ ਚੱਲ ਰਹਾ ਹੈ ਅਭੀ ਸੀਟਿੰਗ ਔਰ ਲਗੇਗੀ ਪਤਾ ਨਹੀਂ ਫੈਸਲਾ ਕਬ ਹੋਗਾ ਉਹ ਦਿਨ ਦੇਰ ਹਮ ਲੜ ਸਰਕਾਰ ਡਟੀ ਰਹੀ ਯਾਨੀ ਕਿ